ਚਮਕੌਰ ਸਾਹਿਬ ਨੂੰ ਮੋਰਿੰਡਾ ਤੋਂ ਜਾਂਦੀ ਸੜਕ ਦਾ ਹਾਲ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ। ਇਹ ਸੜਕ ਸ਼ਹੀਦੀ ਜੋੜ ਮੇਲੇ ਤਹਿਤ ਮੁਰੰਮਤ ਕੀਤੀ ਗਈ ਸੀ ਤੇ ਮੁਰੰਮਤ ਕਰਨ ਦੇ 4 ਦਿਨ ਮਗਰੋਂ ਹੀ ਸੜਕ ਬੁਰੀ ਤਰ੍ਹਾਂ ਟੁੱਟ ਗਈ ਸੀ। ਤੁਹਾਨੂੰ ਸੁਣਾਉਣਾ ਹੈ ਕਿ ਇਸ ਬਾਰੇ ਚਮਕੌਰ ਸਾਹਿਬ ਤੋਂ ਵਿਧਾਇਕ ਤੇ CLP ਲੀਡਰ ਚਰਨਜੀਤ ਸਿੰਘ ਚੰਨੀ ਦਾ ਕੀ ਕਹਿਣਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਚਮਕੌਰ ਸਾਹਿਬ ਨੂੰ ਜਿਹੜਾ ਰਸਤਾ ਜਾਂਦਾ ਸੜਕ ਜਾ ਰਹੀ ਹੈ, ਅੱਜ ਜੋੜ ਮੇਲਾ ਚੱਲ ਰਿਹਾ ਸੀ ਪਿਛਲੇ 3 ਦਿਨ, ਅਸੀਂ ਪਹਿਲਾਂ ਧਰਨਾ ਦਿੱਤਾ ਕਿ ਜੀ ਸੜਕ ਬਣਾਈ ਜਾਵੇ। ਇਹਨਾਂ ਨੇ ਸੜਕ ਦੀ ਮੁਰੰਮਤ ਕੀਤੀ ਲੇਕਿਨ ਇੰਨਾ ਘਟੀਆ ਮਟੀਰੀਅਲ ਉਹਦੇ 'ਤੇ ਲਾਇਆ ਕਿ ਉਹ 2-3 ਦਿਨਾਂ ਦੇ ਵਿੱਚ ਉੱਖੜ ਗਿਆ। ਅੱਜ ਹਾਲਤ ਇਹ ਹੈ ਕਿ ਜਿਹੜੇ ਮੇਲੇ ਨੂੰ ਜੋੜ ਮੇਲੇ ਨੂੰ ਲੋਕ ਜਾ ਰਹੇ ਹੈ ਉਹਨਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਸੜਕ ਸਾਰੀ ਉੱਖੜ ਚੁੱਕੀ ਹੈ, ਘਟੀਆ ਮਟੀਰੀਅਲ ਲੱਗਿਆ, ਲੋਕਾਂ ਦੇ ਜਿਹੜੇ ਰੋੜੇ ਆ ਪੈਰਾਂ ਥੱਲੇ ਆ ਕੇ ਮੂੰਹਾਂ 'ਤੇ ਵੱਜ ਰਹੇ ਹੈ। ਇਸ ਨਾਲ ਜਿਹੜਾ ਪੂਰਾ ਜਿਹੜਾ ਇਹ ਨੁਕਸਾਨ ਹੋਇਆ ਇਹਦੀ ਇਨਕੁਆਇਰੀ ਕਰਾ ਕੇ ਸੰਬੰਧਿਤ ਅਫਸਰਾਂ 'ਤੇ ਜਿਹੜੀ ਕਾਰਵਾਈ ਕੀਤੀ ਜਾਵੇ, ਇਹ ਮੇਰੀ ਪੁਰਜ਼ੋਰ ਮੰਗ ਹੈ।